मुस्लिम इंतजामिया वेलफेयर कम्युनिटी सुलेमाना की ओर से ईद फितर का त्यौहार बड़ी ही धूमधाम से मनाया गया इस मौके पर मुस्लिम भाईचारे के लोगों ने ईद की नमाज़ अदा कर एक दूसरे को गले लगाकर ईद की शुभकामनाएं दी इस मौके पर पूर्व पार्षद हरविंदर सिंह पपूरे विशेष रूप से उपस्थित होकर सभी भाइयों को ईद उल फ्फित्र की शुभकामनाएं दी इस मौके पर सुलेमान गफ्फार अली जब्बार अली इदरीस नासिर ईशा जलाल सतार इमान ਮਾਸ ਅਲੀ ਸੁਰਕਸ਼ਾ ਸਲਮਾਨ ਸੁਹੇਲ ਸਹੀਦ ਮੁਸਲਮ ਭਾਈਚਾਰੇ ਕੇ ਅੰਨਯ ਲੋਗ ਵੀ ਮੌਜੂਦ ਰਹੇ ਜਲੰਧਰ ਸੇ ਹਲਚਲ ਕੇ ਲੀ ਕੈਮਰਾਮੈਨ ਜਤਿੰਦਰ ਰਾਜਪੂਤ ਕੀ ਰਿਪੋਰਟ ਜੋ ਕੇ ਹਰ ਸਾਲ ਦੀ ਤਰ੍ਹਾਂ ਸਾਡੇ ਈਦਗਾ ਦੇ ਅੰਦਰ ਈਦ ਦਾ ਤਿਹਾੜ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਵੱਡੇ ਭਰਾ ਏ ਡੀਜੀਪੀ ਸਾਹਿਬ ਫਰੂਕੀ ਜੀ ਔਰ ਸਾਡੇ ਮੱਕੜ ਸਾਹਿਬ ਔਰ ਸਾਰੇ ਸਾਡੇ ਕੈਂਟ ਦਾ ਬੀਜੇਪੀ ਦੇ ਮੰਡਲ ਨੇ ਆ ਕੇ ਇੱਥੇ ਜੋ ਕਿ ਭਗਵਾਨ ਦਾ ਚਲੋ ਅਸ਼ੀਰਵਾਦ ਵੀ ਲਿਆ ਹੈ ਔਰ ਅੱਜ ਦੇ ਦਿਨ ਦੇ ਉੱਪਰ ਮੈਂ ਆਪਣੇ ਸੁਲੇਮਾਨ ਭਰਾ ਨੂੰ Eid ਦੀ ਲੱਖ ਲੱਖ ਵਧਾਈ ਦੇਣਾ ਔਰ ਉਹਦੇ ਵਿੱਚ ਅੱਜ ਮੈਂ ਇੱਥੋਂ ਆਪਣੇ ਵੱਲੋਂ ਕਹਿਣਾ ਚਾਹਨਾ ਕਿ ਘਟੋਗੜ 100 150 ਸਾਲ ਹੋ ਗਿਆ ਇੱਥੇ ਜੋ ਕਿ ਗੇਟ ਹੈ ਉਹਦੀ ਜੋ ਮਰਮਮਤ ਹੈ ਸਾਡੇ ਸੀਓ ਸਾਹਿਬ ਨਹੀਂ ਕਰ ਦਿੰਦੇ ਉਹ ਬੜੀ ਮਾੜੀ ਗੱਲ ਹੈ ਅਸੀਂ ਸੀਓ ਸਾਹਿਬ ਨਾਲ ਮਿਲ ਕੇ ਇਹ ਗੱਲ ਕਰਕੇ ਅਗਲੀ ਜਿਹੜੀ Eid ਹੈ ਉੱਤੇ ਇਹ ਗੇਟ ਬਣਨਾ ਚਾਹੀਦਾ ਕਿਉਂਕਿ ਅਗਰ ਇਹ ਗੇਟ ਕਿਸੇ ਤਰ੍ਹਾਂ गिर ਗਿਆ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਇੱਥੇ ਸਕੂਲ ਦੇ ਬੱਚਿਆਂ ਦੀਆਂ ਬੱਸਾਂ ਵੀ ਖੜੀਆਂ ਹੁੰਦੀਆਂ ਮੈਂ ਇਸ ਕਰਕੇ ਮੈਂ ਅੱਜ ਦੇ ਮੌਕੇ ਤੇ ਇਹੀ ਬੇਨਤੀ ਕਰਦਾ ਸਾਡੇ ਕੈਂਟ ਸੀਓ ਨੂੰ ਕਿ ਇਹਦਾ ਮੌਕਾ ਦੇ ਕੇ ਇਹਨਾਂ ਨੂੰ ਗੇਟ ਬਣਾਉਂਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਹਮੇਸ਼ਾ ਗੁਰਦੁਆਰਾ ਮੰਦਿਰ ਮਸਜਿਦ ਜਦੋਂ ਸੰਗਤ ਇਕੱਤਰ ਹੁੰਦੀ ਹੈ ਤੇ ਉੱਥੇ ਰੱਬ ਵਸਦਾ ਹੈ ਤੇ ਇਹ ਜਿਹੜੀ ਵੋਟ ਇਹ ਵੀ ਇੱਕ ਸੀਸਾ ਪੈਂਦੀ ਹੈ ਕੋਈ ਪੋਲੀਟਿਕਲੀ ਨਹੀਂ ਕੋਈ ਦੂਜੀ ਗੱਲ ਨਹੀਂ ਕੋਈ ਲੈਕਚਰ ਬਾਜੀ ਨਹੀਂ ਪਰ ਲੇਕਿਨ ਹਰ ਬੰਦੇ ਨੂੰ ਆਸ਼ੀਰਵਾਦ ਚਾਹੀਦਾ ਮੈਂ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਅੱਜ ਈਦ-ਉਲ-ਫਤਰ ਦੇ ਮੌਕੇ ਪਰ तमाम देशवासियों को ईद की बहुत बहुत मुबारकबाद देता हूँ आज हमने तीस रोज़े रखने के बाद ईदालफ़ितर की नमाज़ अदा की जिसमें मेरे बहुत ही अजीज़ मेरे भाई सरदार प्रगट सिंह जी राजा बड़िंग जी पप्पू जी और कैंट के काफ़ी लोग इसमें शामिल हुए जिन्होंने अपनी दुआओं से हमें नवाज़ा ਹਾਂਜੀ ਰੋਲ ਜੀ ਦੇਖੋ ਅੱਜ ਦਾ ਦਿਹਾੜਾ ਈਦ ਦਾ ਤਿਵਾਰ ਹੈਗਾ ਜਿਹੜਾ 30 ਰੋਜ਼ੇ ਰੱਖਣ ਤੋਂ ਬਾਅਦ ਮੁਸਲਮਾਨ ਪਾਈਚਾਰੇ ਨੂੰ ਰੱਬ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ ਇਹ ਬਹੁਤ ਵੱਡਾ ਦਿਨ ਹੈਗਾ ਇਹ ਕਿਹਾ ਜਾਂਦਾ ਹੈਗਾ ਕਿ ਰੋਜ਼ੇ ਜਿਹੜੇ ਰੱਖੇ ਜਾਂਦੇ ਨੇ ਇਹ 30 ਦਿਨ ਦੇ ਰੋਜ਼ੇ ਦੇ ਬਾਅਦ ਈਦ ਜਿਹੜੀ ਹੈਗੀ ਉਹ 30 ਰੋਜ਼ਿਆਂ ਦਾ ਇਨਾਮ ਹੈ ਰੱਬ ਵੱਲੋਂ ਸਾਰੀ ਗੱਲਾਂ ਵਿੱਚੋਂ ਮੁਗਦੀ ਗੱਲ ਇਹ ਹੈਗੀ ਕਿ ਜਿਹੜਾ ਰੱਬ ਵੱਲੋਂ ਪੈਗਾਮ ਹੈਗਾ ਉਹ ਇਹ ਹੈਗਾ ਕਿ ਸਾਰੇ ਇਨਸਾਨ ਇੱਕ ਸਾਥ ਮਿਲ ਕੇ ਰਹਿਣ ਜਿਹੜਾ ਰੱਬ ਉਹਨਾਂ ਨੂੰ ਵੀ ਦਿੰਦਾ ਜਿਹੜੇ ਉਹਨੂੰ ਨਹੀਂ ਮੰਨਦੇ ਤੇ ਜਿਹੜਾ ਉਹਨੂੰ ਵੀ ਦਿੰਦਾ ਹੈਗਾ ਜਿਹੜੇ ਉਹਨੂੰ ਮੰਨਦੇ ਨੇ ਉਹ ਸਾਰੇ ਰਲ ਮਿਲ ਕੇ ਜਦੋਂ ਰੱਬ ਵੱਲੋਂ ਤਫਰੀਕ ਨਹੀਂ ਹੁੰਦੀ ਫਰਕ ਨਹੀਂ ਕੀਤਾ ਜਾਂਦਾ ਤੇ ਰੱਬ ਇਹ ਉਮੀਦ ਕਰਦਾ ਸਾਡੇ ਤੋਂ ਕਿ ਆਪਾਂ ਵੀ ਸਾਰੇ ਰਲ ਮਿਲ ਕੇ ਸਮਾਜ ਵਿੱਚ ਰਹੀਏ